अस्सलाम वालेकुम बाबा जी। वालेकुम सलाम जी, की हाल है बाबा? ठीक ठाक जी, अल्हम्दुलिल्लाह जी। अच्छा बाबा जी, थोड़े कोल ना गल्लां पुछनियां सा 1947 दियां जी, जो पाकिस्तान इंडिया दी वंड होई है ना 1947 च, तुसी आप बीती भी सुनानी है सारी सानू ना मुकम्मल, जिवें जिवें तुसी इधर पहुंचे सारी स्टोरी है सानू सुनानी है, ठीक है जी। अच्छा जी, सब तो पहला तुसी अपना नाम दसो जी। मेरा नूर मोहम्मद जी। नूर मोहम्मद, हां जी। अच्छा, तुहाडे वालिद दा नाम की सी? अल्लाह जी, हां जी। अल्लाह, दादे दा भी नाम आंदा? हां, ओहदा नाम ही दस दो, मोहम्मद बख्श। ਮੁਹੰਮਦ ਬਖਸ਼। ਅੱਛਾ ਬਾਬਾ ਜੀ, ਜਿੱਥੇ ਤੁਸੀਂ ਆ ਬੈਠੇ ਜੀ, ਆ ਪਿੰਡ ਦਾ ਨਾਂ ਕੀ ਹੁਣ ਆਇਆ ਜੀ? ਬੱਬਰ ਹੈ ਜੀ। ਤਹਿਸੀਲ? ਨਸ਼ਹਿਰਾ ਜੀ। ਨਸ਼ਹਿਰਾ। ਅੱਛਾ, ਹੁਣ ਪਿਛੋਕੜੇ ਪਿੰਡ ਦੀ ਦੱਸੋ, ਜਿਹੜੇ ਚੜ੍ਹਦੇ ਪੰਜਾਬ ਯਾਨੀ ਇੰਡੀਆ ਵਿੱਚ ਤੁਹਾਡਾ ਪਿੰਡ ਸੀ, ਉਹਦਾ ਨਾਂ ਕੀ ਸੀ? ਬਬਨਾਲਾ ਜੀ। ਕੀ? ਬਬਨਾਲਾ। ਬਬਰਾਲਾ? ਬਬਨਾਲਾ। 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 ਅੱਛਾ ਅੱਛਾ, ਬਬਨਾਲਾ। ਅੱਛਾ ਅੱਛਾ, ਬਬਨਾਲਾ। ਤੇ ਤਹਿਸੀਲ ਕਿਹੜੀ ਸੀ? ਤਹਿਸੀਲ ਰੋਪੜ। ਰੋਪੜ? ਰੋਪੜ। ਰੋਪੜ, ਹਾਂ ਰੋਪੜ। ਤਹਿਸੀਲ ਰੋਪੜ ਸੀ, ਜ਼ਿਲ੍ਹਾ ਅੰਬਾਲਾ। ਅੱਛਾ, ਜ਼ਿਲ੍ਹਾ ਅੰਬਾਲਾ ਸੀ, ਜ਼ਿਲ੍ਹਾ ਅੰਬਾਲਾ, ਠੀਕ ਹੋ ਗਿਆ। ਹਾਂਜੀ। ਅੱਛਾ, ਤੁਹਾਡੇ ਉਹਦੇ ਅਲੱਗ ਅਲੱਗ ਪਿੰਡ ਪੁੰਡ ਪਿੰਡਾਂ ਦੇ ਨਾਂ ਯਾਦ ਨੇ ਨਜ਼ਦੀਕ? ਹਾਂ ਹੈ ਜੀ, ਦੱਸ ਦਵੋ ਕੋਈ ਜਿਹੜੇ ਨਾਂ ਯਾਦ। ਚਿੱਟਾਂਵਲਾ। ਅੱਛਾ, ਆਪਣਾ ਟੰਗਲਾਲੀ। ਅੱਛਾ, ਨਾਲੀ ਟੰਗਲਾਲੀ। ਅੱਛਾ ਅੱਛਾ ਅੱਛਾ, ਹਾਂ ਆਪਣਾ ਬਾਗਾਂਵਾਲਾ। ਬਾਗਾਂਵਾਲਾ, ਸਹੀ ਹੋ ਗਿਆ। ਹਾਂਜੀ, ਅੱਛਾ ਠੀਕ ਹੈ। ਅੱਛਾ ਬਾਬਾ ਜੀ, ਤੁਸੀਂ ਇਕੱਲੇ ਹੋ ਕਿ ਤਾਂ ਹੋਰ ਭਰਾ ਭਰੂ ਵੀ ਤੁਹਾਡੇ ਹਨ? ਦੋ ਭਰਾ ਜੀ। ਦੋ ਭਰਾ? ਹਾਂ, ਬੜਾ ਫਾਟ ਹੋ ਗਿਆ। ਉਹਦਾ ਨਾਂ ਕੀ? ਉਹਦਾ ਨਾਂ ਅਬਦੁਲ ਗਫੂਰ। ਅਬਦੁਲ ਗਫੂਰ, ਅਬਦੁਲ ਗਫੂਰ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਬਾਬਾ, ਤੁਹਾਡੇ ਪਿੰਡ ਵਿੱਚ ਕੋਈ ਮਸਜਿਦਾਂ ਮੁਸ਼ਿਦਾਂ ਜਾਂ ਕੋਈ ਗੁਰਦੁਆਰੇ ਵਗੈਰਾ ਹੋ ਰਿਹਾ ਸਾਂ? ਗੁਰਦੁਆਰਾ ਪੁੱਜਦਾ। ਅੱਛਾ, ਮਸਜਿਦਾਂ ਕਿੰਨੀਆਂ? ਮਸਜਿਦਾਂ ਦੋ ਜੀ। ਦੋ? ਹਾਂ, ਦੋ ਜੀ। ਅੱਛਾ ਅੱਛਾ, ਦੋ ਜੀ, ਸਹੀ। ਤੇ ਕੋਥੇ ਸਿੱਖ ਜਾਂ ਹਿੰਦੂ ਵਗੈਰਾ ਰਹਿੰਦੇ ਹਾਂ? ਹਾਂ, ਆਪਣਾ ਮਹਾਜਰ ਰਹਿੰਦੇ ਜੀ, ਸਿੱਖ ਹੁੰਦੇ ਨੇ, ਮਹਾਜਰ ਹੋਰ ਨੇ, ਸਿੱਖ ਹੋਰ ਨੇ। ਨਹੀਂ, ਮਹਾਜਰ ਵੀ ਸਿੱਖ ਵਗੈਰਾ ਹੀ ਹੋਣੇ ਨੇ ਉੱਥੋਂ ਵਾਲੇ ਨਾ। ਹਾਂ, ਉਹਨਾਂ ਦੇ ਕੋਈ ਨਾਂ ਨੂੰ ਤੁਹਾਨੂੰ ਯਾਦ ਹੋਏ, ਤੁਹਾਡੇ ਯਾਰ ਦੋਸਤ ਹੋਣ ਜਿਹੜੇ ਕੋਈ ਸਿੱਖ ਜਾਂ ਹਿੰਦੂ? ਲਾਈਕ ਅਛਰੂ ਦਾ। ਅਛਰੂ? ਅੱਛਾ, ਇੱਕ ਨਰਾਇਣ ਸਿੰਘ ਦਾ। ਨਰਾਇਣ ਸਿੰਘ? ਨਰਾਇਣ ਸਿੰਘ। ਅੱਛਾ ਅੱਛਾ, ਹਾਂਜੀ ਹਾਂਜੀ, ਸਹੀ ਹੋ ਗਿਆ। ਹਾਂਜੀ, ਸਹੀ ਹੈ। ਤੇ ਉੱਥੇ ਤੁਸੀਂ ਸਕੂਲ ਸਕਾਲ ਆਇਆ ਸੀ ਤੁਹਾਡੇ ਪਿੰਡ 'ਚ? ਸਕੂਲ ਕੋਈ ਪੱਕ ਨਹੀਂ ਯਾਦ। ਤੁਸੀਂ ਪੜ੍ਹਦੇ ਰਹੇ? ਨਾ, ਮੈਂ ਪੜ੍ਹਿਆ ਨਹੀਂ। ਅੱਛਾ ਅੱਛਾ ਅੱਛਾ, ਪੜ੍ਹਿਆ ਨਹੀਂ। ਅੱਛਾ ਅੱਛਾ ਅੱਛਾ, ਤੁਹਾਡੇ ਉੱਥੇ ਪਿੰਡ ਦੇ ਲਾਗੇ ਮੇਲਾ ਮੂਲਾ ਲੱਗਦਾ ਮਸ਼ਹੂਰ? ਹਾਂ, ਮੇਲਾ ਸਾਡੇ ਆਪਣਾ ਕਿਆ ਕਹਿੰਦੇ ਮਾਣਕਪੁਰ ਲੱਗਦਾ ਜੀ। ਮਾਣਕਪੁਰ? ਮਾਣਕਪੁਰ, ਮਾਣਕਪੁਰ ਮੇਲਾ ਲੱਗਦਾ। ਤੁਸੀਂ ਕੌਡੀਆਂ ਕੁੜੀਆਂ ਹੁੰਦੀਆਂ? ਹਾਂ, ਕੌਡੀਆਂ ਹੁੰਦੀਆਂ। ਅੱਛਾ, ਹੋਰ ਕੋਈ ਕੀ ਕੁਝ ਹੁੰਦਾ ਇੱਥੇ? ਕੋਈ ਦੱਸੋ ਨਾ ਮਾਹੌਲ ਸਾਨੂੰ ਸਾਰਾ। ਇੱਥੇ ਹੁੰਦਾ ਚਾਹੀ ਜੀ, ਆਪਣਾ 6-7 ਦਾ ਰਹਿਣ ਚਾਹੀ ਜੀ, ਲੰਗਰ ਚੱਲਦਾ ਸਾਰਾ ਲੰਗਰ, ਰਾਤ ਨੂੰ ਵੀ ਦਿਨ ਵੀ। ਬਹੁਤ ਵੱਡਾ ਮੇਲਾ ਲੱਗਦਾ ਹੈ? ਬੜਾ ਮੇਲਾ ਲੱਗਦਾ। ਕੌਡੀ ਵੀ ਚੰਗੀ ਹੁੰਦੀ ਸੀ? ਹਾਂ, ਕੌਡੀ ਚੰਗੀ ਹੁੰਦੀ ਸੀ। ਆਉਂਦੀ ਹੋਣੀ ਨਾਲ ਦੇ ਨਾਲ ਪਿੰਡਾਂ ਖੇਡਣ ਵਾਸਤੇ? ਹਾਂਜੀ ਹਾਂ। ਨਾਮ ਨੂੰ ਵੀ ਲਾਉਂਦੇ ਹਾਂ ਉੱਤੇ ਕੌਡੀ 'ਚ? ਹਾਂਜੀ, ਕੌਡੀ ਦਾ ਨਾਮ ਨੂੰ ਮਿਲਦਾ ਸੀ ਜਿਹੜੇ ਜਾਂਦੇ ਆ? ਮਿਲਦੇ ਜਿਹੜੇ ਇੱਥੇ ਫਸਟ ਸਟੈਂਡਰਡ 'ਚ ਉਹਨਾਂ ਨੇ ਮਿਲਦਾ ਚਾਹੀਦਾ। ਅੱਛਾ ਅੱਛਾ, ਨਹੀਂ ਤੇ ਉਦੋਂ ਭਲਾ ਕਿਹੜੀ ਕੌਡੀ ਹੁੰਦੀ, ਦਾਇਰੇ ਵਾਲੀ ਕਿ ਚਪੇੜਾਂ ਵਾਲੀ ਜਿਹੜੀ? ਅੱਛਾ, ਆਪਣਾ ਕੌਡੀ 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 ਕੌਡੀ। ਅੱਛਾ ਅੱਛਾ ਅੱਛਾ, ਹਾਂਜੀ ਹਾਂਜੀ। ਤੁਸੀਂ ਨਹੀਂ ਖੇਡਦੇ? ਖੁੱਲਦੇ ਰਹੇ? ਨਾ, ਮੈਂ ਝੂਠੇ ਬੋਲਣਾ। ਵਹਿੰਦੇ ਰਹੇ ਹੋ? ਹਾਂ, ਵੇਖਦੇ ਰਹੇ। ਅੱਛਾ, ਨਾ ਮੈਂ ਘੁਲਿਆ, ਨਾ ਮੈਂ ਆਮ ਕੌਡੀ ਖੇਲੀ ਹੈ। ਅੱਛਾ, ਆਏ ਕਰਕੇ ਬਾਹ ਕਰਦੀ, ਮੇਰੀ ਬਾਹ ਕਿਸੇ ਨੇ ਨਹੀਂ ਬੱਟੀ ਆਈ। ਅੱਛਾ, ਬਾਹ ਫੜਦੇ ਰਹੇ ਹੋ? ਬਾਹ ਬਾਹ ਬਾਹ, ਮੇਰੀ ਕਿਸੇ ਕੁਛ ਰਾ ਸਕਦਾ? ਕਿਸੇ ਨੇ ਨਹੀਂ ਬੰਨੀ। ਅੱਛਾ, ਮੇਰਾ ਹੁੰਡੀ ਦਾ ਲਾਣ ਹੈ, ਮੇਰੇ 500 ਲਈ ਜਾਓ, ਮੈਨੂੰ 100 ਲਈ ਜਾਓ, ਇੱਕ ਬੰਨ ਲਓ। ਅੱਛਾ, ਥੋੜ ਦੇ ਰਹੇ ਹਾਂ, ਜਿੰਨਾ ਕਿ ਪੰਗਾ ਲੈ ਲਓ, ਮੈਂ ਮਰ ਲਈ। ਅੱਛਾ ਬਾਬਾ ਜੀ, ਇਹ ਜਦੋਂ ਵੰਡ ਹੋਈ, ਮਤਲਬ ਤੁਹਾਨੂੰ ਪਤਾ ਚੱਲਿਆ ਕਿ ਹੁਣ ਆਪਾਂ ਇੱਥੋਂ ਜਾਣਾ ਹੈ, ਪਾਕਿਸਤਾਨ ਇੰਡੀਆ ਪਾਕਿਸਤਾਨ ਦੀ ਵੰਡ ਹੋਣ ਲੱਗੀ, ਲਾਹ ਲਾਹ ਹੋਣਾ, ਕਿ ਤੁਹਾਨੂੰ ਤਾਂ ਬਾਹਰ ਸੀ ਕਿ ਹੁਣ ਜਾਣਾ ਹੈ ਕੀ? ਫਿਰ ਉਦੋਂ ਬਾਅਦ ਸਾਨੂੰ ਜਾਇਜ਼ ਹੈ ਜੀ, ਬਸ ਜਾਣਾ ਕਰਾਲੀ ਦੇ ਵਾਪਸ ਆ ਜਾਣਾ। ਅੱਛਾ, ਆ ਜਾਣਾ ਸੀ ਕਰਾਲੀ ਪਿੰਡ ਦੀ ਕੋਈ? ਹਾਂ, ਕਰਾਲੀ ਸ਼ਹਿਰ, ਸ਼ਹਿਰੀ ਦਾ ਪਿੰਡ ਦੀ। ਅੱਛਾ, ਸ਼ਹਿਰ ਸੀ, ਸ਼ਹਿਰੀ ਦਾ। ਅੱਛਾ, ਹਾਂ, ਵੀ ਅਸੀਂ ਆ ਜਾਣਾ। ਅੱਛਾ, ਅੱਜ ਨੂੰ ਮਨਜ਼ੂਰ ਦਾ ਵਕਤ ਕੋ ਲੱਗੀ ਹੋਣ। ਫਿਰ ਕਿਸ ਟਾਈਮ ਤੁਸੀਂ ਉੱਥੋਂ ਨਿਕਲੇ ਪਿੰਡੋਂ? ਉੱਥੇ ਜੇ ਨਿਕਲੇ ਤੇ ਸ਼ਾਮ ਨੂੰ ਜੀ। ਇਕੱਲੇ ਨਿਕਲੇ ਜੀ, ਜਿੱਥੇ ਨਾਲੀਆਂ? ਨਾ, ਜਿੱਥੇ ਗਏ ਜੀ। ਅੱਛਾ, ਸਾਰਾ ਪਿੰਡ ਫਿਰ ਨਿਕਲਿਆ ਜੀ? ਸਾਰਾ ਪਿੰਡ ਇਕੱਠਾ ਨਿਕਲਿਆ? ਫਿਰ ਅਸੀਂ ਲਾਸ਼ਾ ਬੰਨੂ ਵਾਲਾ ਜਿਹੜੇ ਤੁਰੇ ਤੇ ਤੁਹਾਡੇ ਕੋਲ ਉੱਥੇ ਜਦੋਂ ਜੱਥਾ ਨਿਕਲਿਆ ਨਿਕਲਿਆ ਪਿੰਡ ਵਿੱਚ ਹਮਲਾ ਹਮਲਾ ਤਾਂ ਨਹੀਂ ਹੋਇਆ ਕੋਈ ਮਾਰਿਆ ਜੀ? ਤੁਹਾਡੇ ਪਿੰਡ ਦੇ ਵਿੱਚ ਜਿਹੜੇ ਨੇ ਉਹਨਾਂ ਹਮਲਾ ਹਮਲਾ ਤਾਂ ਨਹੀਂ ਕੀਤਾ ਕੋਈ ਹਿੰਦੂਆਂ ਜਾਂ ਸਿੱਖਾਂ ਜਿਹੜੇ ਸ਼ਹਿਰ ਪਸੰਦ ਸਨ ਲੋਕੀ ਉਦੋਂ ਦੇ? ਨਾ, ਫਿਰ ਸਿੱਖ ਪੈ ਗਏ ਨਾ ਜੀ ਪਿੰਡ 'ਚ? ਹਾਂ, ਆਓ ਦੱਸੋ ਨਾ ਸਾਰਾ ਕੁਝ। ਹਾਂ, ਸਿੱਖ ਪੈ ਗਏ ਜੀ। ਅੱਛਾ, ਸਿੱਖ ਪੈ ਗਏ ਜੀ। ਫਿਰ ਅਸੀਂ ਲਾਸ਼ਾ ਬੰਨੂ ਆਏ ਤੁਰ ਕੇ, ਲਾਸ਼ਾ ਬੰਨੂ, ਕੋਈ ਤਾਂ ਗਲ ਕੱਟਿਆ, ਕਿਸੇ ਦੀ ਬਾਂਹ ਕੱਟੀ ਹੈ, ਕਿਸੇ ਲੱਤਾਂ ਕੱਟੀ ਹੈ। ਨਹੀਂ ਤਾਂ ਤੁਹਾਡੇ ਪਿੰਡ ਦੇ ਵਿੱਚ ਤਾਂ ਕਿਸੇ ਨੁਕਸਾਨ ਨਹੀਂ ਹੋਇਆ ਤੁਹਾਡਾ ਜਾਂ ਤੁਹਾਡੀ ਬਰਾਦਰੀ ਦਾ ਜਾਂ ਤੁਹਾਡੇ ਘਰ ਵਿੱਚ ਕੋਈ ਸ਼ਹੀਦ ਹੋਇਆ? ਸਾਡੇ ਬੜਾ ਖੁਸ਼ ਹੋਇਆ। ਕੌਣ? ਮੇਰੀ ਵਾਲਦਾ ਉੱਥੇ ਵੱਡੀ ਗਈ। ਅੱਛਾ, ਮੇਰੀ ਭੈਣ ਹਮਸ਼ੀਰਾ ਜੀ ਬੜੀ ਨੂਰ ਜਾਨ, ਉਹ ਵੱਡੀ ਗਈ। ਹਾਂ, ਉੱਥੇ ਪਿੰਡ 'ਚ ਸ਼ਹੀਦ ਹੋ ਗਏ ਦੋਵੇਂ? ਹਾਂ, ਹਮਲਾ ਜਦੋਂ ਹੋਇਆ ਤੁਸੀਂ ਕਿਧਰ ਨੂੰ ਭੱਜੇ ਜਦੋਂ ਹਮਲਾ ਤੁਹਾਡੇ ਨੂੰ? ਅਸੀਂ ਕਰਾਲੀ ਕਰਨੀ ਜਾ ਰਹੇ ਚੱਲੇ ਵੀ ਆ ਕਰਾਲੀ ਆ। ਅੱਛਾ ਅੱਛਾ, ਹਾਂ ਵੀ ਉੱਧਰ ਹੀ ਜਾ ਰਹੇ ਚੱਲੇ। ਬਸ ਫਿਰ ਦੇਖਿਆ ਮੇਰੇ ਭਾਈ ਨੇ ਦੇਖਿਆ ਕਬਰਾਂ ਦਾ ਪਿਆ। ਹਾਂ, ਅੱਲਾ ਦੀ ਕਬਰ ਮਸਤਾ ਸੋਲਾਂ ਦਾ ਕਰ। ਆਮੀਨ। ਕੋਨੀ ਕੋਨੀ ਬਾਬਾ ਸਬਰ ਕਰ।
निकले जो फिर अगे कोई कैंप कुंप कि लगा सी कैंप लग्या फिर लगा जा कराली कैंप लग्या फिर अच्छा उठे गए दस पंद्रह दिन मक्या पक्या ठीक हो गया ਕੋਈ ਬੰਨੇ ਹੋਏ ਕੋ ਖੁੱਲੇ ਅਹੀਂ ਛੱਡੇ ਅੱਛਾ ਕੈਂਪ ਕਿੱਥੇ ਆਣ ਕੇ ਲੱਗਾ ਕਹਿ ਰਹੇ ਸੋ ਕਰਾਲੀ ਕਰਾਲੀ ਸ਼ਹਿਰ ਸੀ ਕੋਈ ਕਰਾਲੀ ਲਾਗੇ ਸ਼ਹਿਰ ਛੋਟਾ ਜਿਹਾ ਸ਼ਹਿਰ ਹੈ ਜੀ ਤੇ ਉੱਥੇ ਕੈਂਪ 'ਚ ਕਿੰਨੇ ਦਿਨ ਰਹੇ ਉੱਥੇ ਦਿਨ ਖਾਲ ਹੈ ਅਸੀਂ 10-12 ਦਿਨ ਪੈਦਲ ਪੈਦਲ ਹੀ ਚੱਲ ਰਹੇ ਹੋ ਤੁਸੀਂ ਸਾਰੇ ਹਾਂ ਪੈਦਲ ਕੋਈ ਕੋਈ ਹੋਣਾ ਜੀ ਤੇ ਕੋਈ ਕੋਈ ਜਾਨਵਰ ਕੋਈ ਟੱਗਾ ਵਗੈਰਾ ਜਾਂ ਕੋਈ ਗੱਡਾ ਗੁੱਡਾ ਹਾਂ ਨਹੀਂ ਪੈਦਲ ਹੀ ਅੱਛਾ ਤੇ ਉੱਥੇ ਕੈਂਪ ਦੇ ਵਿੱਚ ਨਹੀਂ ਹਮਲਾ ਹਮਲਾ ਹੋਇਆ ਕੋਈ ਹਾਂ ਹਾਂ ਨਾ ਕੈਂਪ ਵਿੱਚ ਕੋਈ ਨਹੀਂ ਹੋਇਆ ਅੱਛਾ ਤੇ ਕੈਂਪ ਤੋਂ ਫਿਰ ਕਿਵੇਂ ਕਿਦਾਂ ਕੈਂਪ ਵਿੱਚ ਜੇ ਗੱਡੀਆਂ ਲੱਗ ਗਈਆਂ ਲਾਹੌਰ ਜਾਣਾ ਉੱਥੇ ਵੀ ਬੈਠੇ ਲਾਹੌਰ ਆ ਕੇ ਪੱਲਾ ਜਾਣੇ ਇੱਕ ਆਜ਼ਾਦ ਜੀ ਵਿੱਚ ਖੜਾ ਦਿੱਤੀ ਗੱਡੀ ਉੱਥੇ ਜਾ ਕੇ ਹਲਾਲ ਕਰਨ ਤਲਵਾਰਾਂ ਲੱਗੀਆਂ ਚੱਲਣ ਉਹ ਮੇਰੇ ਹਮਲਾ ਕਰਦੇ ਤੋਂ ਗੱਡੀ ਤੇ ਹਾਂ ਗੱਡੀ ਤੇ ਜੀ ਅੱਛਾ ਗੱਡੀ ਖੜੀ ਹੈ खांदे पींदे कितों खूह विच बड़ा सुटदा सी जहर पानी ना पीण पुछ मेरे अबा जी दा उस जमाने पर चांदी दे रुपये होंदे सी ਚਾਲੀ ਦਾ ਰੁਪਿਆ ਉਹਦੇ ਬਾਅਦ 250 ਇਹ ਐਂ ਕਰਕੇ ਬੰਨਿਆ ਹੋਇਆ ਨਾਲੇ ਤੁਹਾਡੇ ਹੈ ਹਾਂ ਨਾਲੇ ਦਾ ਮੇਰਾ ਬਾਬਾ ਜੀ ਬਾਬੇ ਅਸੀਂ 12 ਦੀ 14 ਦੀ ਦੁੱਧ ਦੀ ਭੇਡਾ ਲਈਆਂ ਸੀ ਰਸਤੇ ਮਾਂ ਕਰ ਲਏ ਨਹੀਂ ਕਰਕੇ ਫਿਰ ਉਹ ਟੱਟੀ ਚੰਦੀ ਕਰਕੇ ਫਿਰ ਉਹ ਖਾਣੀ ਫਿਰ ਅਸੀਂ ਖਾਣੀ ਅੱਛਾ ਅੱਛਾ ਹਾਂ ਸਾਨੂੰ ਐਡਾ ਮਹਿਸੂਸ ਨਹੀਂ ਹੋਇਆ ਸੀ ਹਾਂ ਤੇ ਕਿੰਨੇ ਕੁ ਦਿਨ ਲੱਗੇ ਪਾਕਿਸਤਾਨ ਪਹੁੰਚਿਆ ਟੋਟਲ ਤੁਹਾਡੇ ਨੇ ਤਕਮਾਨ ਜੀ ਖਿਆਲ ਹੈ ਲਾਹੌਰ ਆ ਗਏ ਲਾਹੌਰ ਸਾਨੂੰ ਸਾਡੇ ਅੱਬਾ ਜੀ ਕਹਿੰਦੇ ਉਹ ਭੈਣ ਚੋਰ ਵੇਲੇ ਉਹ ਰੇਟਾਂ ਖਾਣੀਆਂ ਨਾ ਉੱਧਰ ਨਾ ਉੱਧਰ ਫਿਰ ਉੱਠਦੇ ਸੀ ਚੱਲ ਕੇ ਫਿਰ ਅਸੀਂ 484 ਹੈ ਹੈਦਰਾਬਾਦ ਫੈਸਲਾਬਾਦ ਅੱਛਾ ਹੈਦਰਾਬਾਦ 484 ਚੱਕ ਹਾਂ 484 ਚੱਕ ਹਾਂ ਫਿਰ ਉੱਥੇ ਆ ਗਏ ਫਿਰ ਸਾਨੂੰ ਪੈਲੀਆਂ ਪੈ ਗਈਆਂ ਸੋਲ੍ਹਾਂ ਪੈਲੀਆਂ ਉੱਥੇ ਦਿੰਦੇ ਫਿਰ ਸਾਨੂੰ 484 ਚੱਕ 484 16 ਅੱਛਾ ਹਾਂਜੀ ਇੱਥੇ ਫਿਰ ਕਿਵੇਂ ਆ ਗਏ ਤੁਸੀਂ ਹਾਂਜੀ ਬੱਬਰਾਂ 'ਚ ਕਿਤੋਂ ਆਏ ਫਿਰ ਬੱਬਰਾਂ ਦੀ ਫਿਰ ਬਿਨਾ ਹਮਲਿਆ ਹਮਲਿਆ 'ਚ ਆਏ ਹੈ ਇਹ ਨਹੀਂ ਬਸ ਜਿੱਥੇ ਜਾਣਾ ਪਾਣੀ ਜੋੜਾਂ ਨਹੀਂ ਤੁਸੀਂ ਕਹਿ ਰਹੇ 84 'ਚ ਤੁਹਾਨੂੰ ਉਹ ਪੈ ਗਈ ਅਤੇ ਉੱਥੇ ਉੱਥੋਂ ਇੱਥੇ ਕਿਉਂ ਆ ਗਏ ਉਹ ਜ਼ਮੀਨ ਵੇਚ ਆਏ ਉੱਥੋਂ ਹਾਂ ਉੱਥੇ ਜੇ ਵੇਚ ਦੀ ਅੱਛਾ ਫਿਰ ਆਣ ਕਿੱਥੇ ਰਹੇ ਹਾਂ ਅੱਛਾ ਅੱਛਾ ਹਾਂ ਫਿਰ ਨਾ ਕੋਈ ਬੜਿਆ ਨਾ ਘਟਿਆ ਅਤੇ ਕਹਿੰਦੇ ਫਿਜਾ ਪਿਆ ਕਬਲਾਂ ਵਾ ਜਾਂ ਅਸੀਂ ਨਹੀਂ ਪਿਆ ਇਹਨਾਂ ਸਾਲਾ ਆਪਣੇ ਸ਼ਰੀਰ ਖੁੱਲ੍ਹਾ ਇਹ ਠਾਲ ਲਏ ਅਗਲੀ ਇੰਨੀ ਜ਼ਮੀਨ ਹੋ ਜੂਗੀ ਸਾਡੇ ਕਹਿੰਦੇ ਕਮਾਦ ਵੀ ਜਵਾਰਾਂ ਵੀ ਮੱਕੀਆਂ ਵੀ ਸਭ ਕੁਛ ਹੁੰਦਾ ਵੀ ਇੰਨੀ ਜ਼ਮੀਨ ਸਾਡੀ ਉਹਨੇ ਵੱਧ ਜਾਣੀ ਮਰਬਾ ਹੋ ਜਾਣਾ ਅੱਛਾ ਬਾਬਾ ਜੀ ਹੁਣ ਤੁਸੀਂ ਇੱਥੇ ਰਹਿ ਰਹੇ ਹੋ ਅਤੇ ਇਹ ਦੱਸੋ ਤੁਹਾਨੂੰ ਪਿਛਲਾ ਪਿੰਡ ਵੇਖਣ ਨੂੰ ਦਿਲ ਕਰਦਾ ਤੁਹਾਡਾ ਇੰਡੀਆ ਵਾਲਾ ਪਿੰਡ ਹੁਣ ਕਹਿੰਦੇ ਜੀ ਵੀ ਬਦਲ ਗਿਆ ਜ਼ਮਾਨਾ ਉਹ ਤੇ ਹੁਣ ਘਰ ਘੁਰ ਤੇ ਢਾਹ ਢੁੱਕ ਸਾਰੇ ਬਣਾਏ ਨੇ ਪਾਕਿਸਤਾਨ 'ਚ ਇੰਜ ਹੀ ਹੋਇਆ ਪੁਰਾਣੇ ਵੀ ਹਨ ਜਿਵੇਂ ਕੁਝ ਉੱਧਰ ਹਜੇ ਮਸਜਿਦਾਂ ਵੀ ਹੈ ਨੇ ਘਰ ਵੀ ਕੁਝ ਹੈ ਨੇ ਉੱਧਰ ਹਜੇ ਉਹਨਾਂ ਨਾ ਆਸਾਰ ਸਾਰੇ ਰੱਖੇ ਹੋਏ ਨੇ ਤੁਸੀਂ ਆਪਣਾ ਪਿੰਡ ਤੁਹਾਡੇ ਸਾਰਾ ਨਕਸ਼ਾ ਹੈਗਾ ਪਿੰਡ ਪਛਾਣ ਸਕਦੇ ਤੁਸੀਂ ਅਗਰ ਜਾਓ ਜਾ ਸਾਨੂੰ ਪਤਾ ਵੀ ਆ ਸਾਡੀ ਨਿਆਈ ਜੀ ਆਹ ਅੱਜ ਸਾ ਗਾਂਧੀ ਸਾਈਡ ਦੇ ਪਿੰਡੋਂ ਹਾਂ ਹਾਂ ਗਾਂਧੀ ਸਾਈਡ
ਸਾਡੀ 40 ਵੀਘੇ ਸੀ ਉਹ ਜ਼ਮੀਨ, ਉਹ ਅਸੀਂ ਮੱਕੀ ਬੀਜਦੇ ਸੀ, ਫੁੱਟਾਂ ਬੀਜਦੇ ਸੀ, ਫੁੱਟਾਂ ਹੁੰਦੀਆਂ ਜਿਹੜੀਆਂ ਇਹਦੀਆਂ ਮੋਟੀਆਂ, ਟੁੱਕਲੇ ਅਸੀਂ ਬਾਹਰ ਰੱਖਦੇ ਸੀ। ਨਹੀਂ ਉੱਥੇ ਤੁਹਾਡੀ ਜ਼ਮੀਨ ਉੱਥੇ ਖੂਹ ਖਾ ਵੀ ਤਾਂ ਹੋਣਗੇ ਮਸ਼ਹੂਰ, ਕੋਈ ਦੱਸੋ ਨਾ। ਨਾ ਖੂਹ ਕੋਈ ਨਹੀਂ ਸਾਡੇ, ਕੋਈ ਖੂਹ ਨਹੀਂ ਦਾ। ਅੱਛਾ, ਕਮਾਦ ਦੇ ਡੇਢੇ ਬੜੇ ਹੋਏ ਮੱਕੀਆਂ, ਕੋਈ ਠੀਕ ਨਹੀਂ ਲੱਗਦਾ, ਜ਼ਮੀਨ ਸਾਡੀ ਬੜੀ ਕਾਬਲ ਨਹੀਂ ਆ। ਤੁਹਾਡੇ ਅਗਰ ਵੀਡੀਓ ਉੱਧਰ ਘੁੰਮਦੇ ਨੇ, ਹਾਂਜੀ ਤੁਹਾਡਾ ਰਾਬਤਾ ਕਰਨਾ, ਤੁਸੀਂ ਵੇਖਣਾ ਚਾਹੋਗੇ ਤੁਹਾਡੇ ਦਿਲ ਕੀ ਕਰਦਾ, ਮਤਲਬ ਉੱਧਰ ਦੇ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਜਿਹੜੇ ਉੱਧਰ ਵੀਡੀਓ ਤੁਹਾਡੀ ਵੇਖਣ ਇੰਡੀਆ ਵਿੱਚ? ਤਾਂ ਆਮ ਹੁਣ ਇਹ ਹੈ ਕਿ ਨਕਸ਼ੇ ਬਦਲ ਕੇ ਕਹਿੰਦੇ ਨਾਰਾ ਨਿਕਲ। ਨਹੀਂ, ਅਗਰ ਤੁਹਾਡਾ ਤੁਸੀਂ ਘਰ ਕੋਲ ਦੱਸ ਦਿਓ ਨਾ ਕਿੱਥੇ ਕਰ ਗਏ, ਕਿਹੜਾ ਮੁੱਲਾ ਸੀ ਤੁਹਾਡਾ ਘਰ ਦੇ ਵਿੱਚ, ਕੀ ਸੀ ਕੋਈ ਪਕਾਇਆ, ਕੋਈ ਬੋਹੜ ਦਾ ਬੂਟਾ ਹੋਇਆ, ਕੋਈ ਦੱਸੋਗੇ ਤਾਂ ਫਿਰ ਤੁਹਾਨੂੰ ਨਿਸ਼ਾਨੀ ਵਹਾਣਗੇ। ਹਾਂਜੀ, ਨਿੰਬਾ ਜੇ ਜੀ, ਨਿੰਮਾ ਨਿੰਬਾ ਨਿੰਮਾ ਤਾਂ ਫਿਰ ਵੱਢ ਦੋ ਦਿੱਤੀ ਹੋਣੀ। ਹਾਂ, ਨਿੰਬਾ ਜੇ ਜੀ, ਇਹਦੀ ਝੂਠ ਬੜਨਾ। ਮਸਜਿਦ ਦਾ ਕਿੰਨਾ ਕੁ ਦੂਰ ਘਰ ਸੀ ਤੁਹਾਡਾ ਮੁੱਲੇ ਤੋਂ, ਦੱਸੋ ਨਾ ਕੁਝ। ਓ ਹਾਂਜੀ, ਕੋਈ 2 ਕਿਲੋ ਦਾ ਫਾਸਲਾ ਹੋਣਾ, ਦੋ ਪੈਲੀਆਂ ਮਸਜਿਦ ਤੋਂ। ਹਾਂ ਅੱਛਾ, ਮਸਜਿਦ ਦਾ ਨਾਂ ਕੀ ਸੀ? ਬਹਿਜਾਦ। ਮਸਜਿਦਾਂ ਪੱਕੀਆਂ ਸਨ, ਪੱਕੀਆਂ ਟਾਲੀਆਂ? ਹਾਂ ਪੱਕੀਆਂ, ਪੱਕੀਆਂ। ਅੱਛਾ, ਪੱਕੀਆਂ ਜੀ। ਹਾਂ ਹਾਂ, ਸਹੀ ਹੋ ਗਿਆ। ਹੈ ਕੋਈ ਮਸਜਿਦ ਦਾ ਨਾਂ ਯਾਦ? ਉਹ ਬਾਈ ਝੂਠੇ ਬਣ। ਨਹੀਂ, ਹੁਣ ਜਿਹੜਾ ਉੱਧਰ ਵੀਡੀਓ ਬਣਦਾ, ਤੁਸੀਂ ਕੁਝ ਕਹਿਣਾ ਚਾਹੋਗੇ ਇਹਨਾਂ ਨੂੰ, ਕਹੋ ਨਾ ਕੁਝ, ਦੱਸੋ ਸਾਨੂੰ ਕਿਉਂ ਤੁਹਾਨੂੰ ਵੀਡੀਓ, ਅਗਰ ਤੁਹਾਡਾ ਉਹ ਘਰ ਘੁਰ ਵੇਖਣਾ ਚਾਹੁੰਦੇ ਤੁਸੀਂ ਸਾਰਾ ਕੁਝ? ਉਹ ਜਿਹੜੇ ਤੈਨੂੰ ਸਿੱਖ ਯਾਦ ਨੇ ਦੋ ਤਿੰਨ ਨਾਂ, ਹਾਂ ਉਹਨਾਂ ਦੇ ਆਖਰ ਕੋਲ ਆਦਲੂ ਦੱਗੋ ਹੋਣੀ ਨਾ, ਜਿਵੇਂ ਤੁਹਾਡੀ ਇਹ। ਹਾਂ, ਜਿਵੇਂ ਸਾਡੇ ਵੱਡੇ ਵੱਡੇ ਸਾਰੇ ਫੌਤ, ਮੇਰਾ ਬਲਦ ਵੀ ਹੋ ਗਿਆ ਫੌਤ ਦਾ। ਹਾਂ ਜੀ, ਹਾਂ ਚਲੋ, ਉਹ ਸ਼ੁਰੂ ਦੇ ਖਾਨਦਾਨ, ਹਾਂ ਉਹਦਾ ਨਰਾਇਣ ਸਿੰਘ ਦਾ। ਨਹੀਂ, ਉਹਨਾਂ ਨਾਲ ਤੁਹਾਡੀ ਕੋਈ ਲੜਾਈ ਨਾ ਹੋਈ? ਨਾ, ਉਹਨਾਂ ਨਾਲ ਬਿਲਕੁਲ ਨਹੀਂ। ਹਾਂ, ਉਹਨਾਂ ਨੂੰ ਪਿੰਡ ਵਾਲਿਆਂ ਕੁਝ ਨਹੀਂ, ਪਿੰਡ ਵਾਲੇ ਤਾਂ ਉਹਨਾਂ ਨੂੰ ਸਲਾਮ ਦਾ। ਹਾਂ, ਦੂਸਰਾ